ਹਾਲ ਹੀ ਦੇ ਵਿੱਚ ਪੰਜਾਬੀ ਸਿੰਗਰ ਸਿੰਘਾ ਦੇ ਵੱਲੋਂ ਇੱਕ ਨੇਕ ਕੰਮ ਕੀਤਾ ਗਿਆ। ਦਰਅਸਲ ਗਾਇਕ ਦੇ ਵੱਲੋਂ ਇੱਕ ਵੀਡੀਓ ਜੋ ਆ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ, ਜਿਸ ਦੇ ਵਿੱਚ ਗਾਇਕ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਮੁਰਾਦ ਜੋ ਪੂਰੀ ਹੋਈ ਹੈ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ PGI ਹਸਪਤਾਲ ਜਾ ਕੇ ਲੋਕਾਂ ਵਾਸਤੇ ਲੰਗਰ ਲਗਾਇਆ ਗਿਆ। ਦੱਸ ਦਈਏ ਕਿ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਦੇਖਣ ਵਾਲੇ ਜੋ ਆ ਸਿੰਘਾਂ ਦੇ ਇਸ ਕੰਮ ਨੂੰ ਕਾਫੀ ਜ਼ਿਆਦਾ ਸਰਾ ਰਹੇ ਨੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸੋ ਤੁਸੀਂ ਸੋਚ ਰਹੇ ਹੋਣੇ ਆ, ਆਹ ਭਲਵਾਨ ਸਾਡਾ ਕੀ ਕਰ ਰਿਹਾ ਜੀ? ਇਹ ਰੱਖ ਰਿਹਾ ਜੀ ਸਮੱਗਰੀ ਗੱਡੀ ਦੇ ਵਿੱਚ ਕੜਾਹ ਪ੍ਰਸ਼ਾਦ ਬਣਾਉਣ ਦਾ ਸਮਾਨ। ਸੋ ਗੱਡੀ 'ਚ ਰੱਖ ਕੇ ਸਮਾਨ ਅਸੀਂ ਪਹੁੰਚ ਗਏ ਹਲਵਾਈ ਕੋਲ, ਕਿਉਂਕਿ ਸਮਾਨ ਜ਼ਿਆਦਾ ਸੀ ਅਤੇ 125 ਕਿਲੋ ਕੜਾਹ ਪ੍ਰਸ਼ਾਦ ਸੀ ਸੁੱਖਿਆ ਸੀਗਾ, ਜੋ ਕਿ PGI ਸੇਵਾ ਕਰਨੀ ਸੀ ਅਤੇ ਇੰਨਾ ਅਸੀਂ ਖੁਦ ਅਸੀਂ ਬਣਾ ਨਹੀਂ ਸਕਦੇ, ਕਿਉਂਕਿ ਥੋੜ੍ਹਾ ਹੁੰਦਾ ਤਾਂ ਸ਼ਾਇਦ ਬਣਾ ਲੈਂਦੇ। ਸੋ ਹਲਵਾਈ ਨੇ ਦੇਸੀ ਘਿਓ ਗਰਮ ਕੀਤਾ ਪਹਿਲਾਂ ਤਾਂ ਪਾ ਕੇ ਕੜਾਹੀ ਦੇ ਵਿੱਚ, ਕੜਾਹੀ 'ਚ ਫਿਰ ਪਾਈ ਸੂਜੀ ਜੀ, ਉਹਨੂੰ ਭੁੰਨਿਆ ਚੰਗੀ ਤਰ੍ਹਾਂ। ਸੋ ਥੋੜ੍ਹਾ ਹੁੰਦਾ ਤਾਂ ਅਸੀਂ ਆਪ ਘਰ ਬਣਾ ਕੇ ਦੇ ਸਕਦੇ ਸੀ, ਪਰ 125 ਕਿਲੋ ਅਸੀਂ ਜੋ ਸੁੱਖਿਆ ਸੀ PGI ਹਸਪਤਾਲ, ਉਹ ਬਹੁਤ ਜ਼ਿਆਦਾ ਸੀ ਅਤੇ ਨਾ ਤਾਂ ਸਾਡੇ ਤੋਂ ਬਣਨਾ ਸੀਗਾ, ਜੇ ਖਰਾਬ ਹੋ ਜਾਂਦਾ ਤਾਂ ਫਿਰ ਦੁੱਖ ਬਹੁਤ ਲੱਗਣਾ ਸੀਗਾ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਖਾਣ ਵਾਲੀਆਂ ਚੀਜ਼ਾਂ ਨੂੰ ਅਸੀਂ ਵੇਸਟ ਕਰੀਏ, ਕਿਸੇ ਵੀ ਪ੍ਰਕਾਰ ਨਾਲ ਖਰਾਬ ਕਰੀਏ। ਸੋ ਉਹੀ ਚੀਜ਼ ਕਿਸੇ ਦੇ ਮੂੰਹ ਪੈ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਆ ਜੀ। ਸੋ ਫਿਰ ਬਣਾ ਕੇ ਹਲਵਾਈ ਨੇ ਸਾਨੂੰ ਕੜਾਹੀ ਦੇ ਵਿੱਚ ਕੜਾਹ ਪ੍ਰਸ਼ਾਦ ਦਿੱਤਾ ਜੀ, ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਕਾਜੂ ਕਿਸ਼ਮਿਸ਼ ਸੌਗੀ ਬਦਾਮ ਖੁੱਲ੍ਹੇ ਪਾ ਕੇ ਰੱਖੇ ਜੀ ਅਸੀਂ। ਮੈਂ ਕਿਹਾ ਟੈਨਸ਼ਨ ਨਹੀਂ ਲੈਣੀ, ਜਿਹੜਾ ਖਾਵੇ ਬਸ ਖੁਸ਼ ਹੋ ਕੇ ਜਾਵੇ ਜੀ। ਉਸ ਤੋਂ ਬਾਅਦ ਚੋਂ ਪਹੁੰਚ ਗਏ ਆਪਾਂ ਸਿੱਧਾ PGI, PGI ਦੇ ਮੂਹਰੇ ਲਾਈ ਗੱਡੀ ਅਤੇ ਮੈਂ ਵੜ ਕੇ ਗੱਡੀ 'ਚ ਬਹਿ ਗਿਆ ਅੰਦਰਲੀ ਸਾਈਡ, ਪਤਾ ਨਾ ਲੱਗੇ ਕਿਸੇ ਨੂੰ ਸਿੰਘਾ ਬੋਲਦਾ ਵੀਰੇ, ਅਤੇ ਸਾਰਿਆਂ ਨੂੰ ਵਰਤਾ ਕੇ ਜੀ ਆਹ ਦੇਖੋ ਜੀ ਰੌਣਕਾਂ ਲੱਗੀਆਂ ਪਈਆਂ, ਬਹੁਤ ਸਾਰੇ ਆਏ ਸੀਗੇ ਜੋ ਕਿ ਭੁੱਖੇ ਸੀਗੇ, ਹੋਰ ਵੀ ਲੰਗਰ ਲੱਗੇ ਸੀ, ਬਹੁਤ ਵਧੀਆ ਲੱਗਾ ਦੇਖ ਕੇ PGI ਦੇ ਮੂਹਰੇ ਲੰਗਰ। ਹੋਰ ਵੀ ਜਦੋਂ ਸੇਵਾ ਕਰਦਾ ਕੋਈ ਬਹੁਤ ਵਧੀਆ ਲੱਗਦਾ ਜੀ ਮਨ ਨੂੰ। ਸੋ ਮੈਂ ਵੀ ਚਾਹੁੰਦਾ ਸੀ ਕਿ ਜਿੰਨੀ ਕੁ ਮੇਰੇ ਤੋਂ ਹੋ ਸਕੇ ਮੈਂ ਵਿੱਚੋਂ ਵਿੱਚ ਟਾਈਮ ਕੱਢ ਕੇ ਸੇਵਾ ਕਰਦਾ ਰਹਾਂ, ਅਤੇ ਗਰੀਬਾਂ ਦੇ ਹੱਥ 'ਚ ਜਦੋਂ ਤੁਸੀਂ ਆਪਣੀ ਕੀਤੀ ਹੋਈ ਕਿਰਤ ਮਿਹਨਤ ਨਾਲ ਪੈਸਾ ਕੋਈ ਜਦੋਂ ਕੁਛ ਵੰਡਦੇ ਹੋ, ਕੋਈ ਖੁਸ਼ੀ ਦਿੰਦੇ ਹੋ, ਤਾਂ ਉਸ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ, ਉਹ ਮੈਂ ਮਹਿਸੂਸ ਕਰ ਸਕਦਾ ਜੀ, ਕਿਉਂਕਿ ਤੁਸੀਂ ਵੀ ਕਦੇ 10 ਰੁਪਈਏ ਦਾਨ ਕਰਕੇ ਦੇਖੋ ਬਹੁਤ ਖੁਸ਼ੀ ਮਿਲਦੀ ਆ ਜੀ। ਫਿਰ ਅਸੀਂ ਬਚਿਆ ਹੋਇਆ ਪ੍ਰਸ਼ਾਦ ਹੋਮਲੈਂਡ ਦੇ ਮੂਹਰੇ ਲੈ ਗਏ ਜੀ, ਉੱਥੇ ਜੋ ਸਾਹਮਣੇ ਬਸਤੀ ਆ ਉੱਧਰ, ਉਸ ਤੋਂ ਬਾਅਦ 'ਚੋਂ ਫਿਰ ਅੱਗੇ, ਮਤਲਬ ਕਿ ਆਪਾਂ ਪੂਰਾ ਇੰਜੋਏ ਕੀਤਾ ਜੀ, ਹਾਸਾ ਮਜ਼ਾਕ ਵੀ ਕੀਤਾ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੀ ਵੰਡਿਆ, ਸਾਰੇ ਖੁਸ਼ ਵੀ ਸੀ ਅਤੇ ਸਾਰਿਆਂ ਨਾਲ ਵਾਅਦਾ ਵੀ ਕੀਤਾ ਆਪਾਂ ਕਿ ਨੈਕਸਟ ਟਾਈਮ ਆਪਾਂ ਪੱਕਾ ਹੋਰ ਜ਼ਿਆਦਾ